ऐसा नाम निरंजन हो ऐसा नाम निरंजन हो ऐसा नाम निरंजन हो जे को मन जाने मन कोए जे को मन ਕਰਨਾ ਜੋ ਦਿਸੇ ਸੁੱਖ ਵਾਲੇ ਕਰਨਾ
संसार से जो भी प्राणी आया उसने एक दिन जाना है। कई जी फरमाते हैं जित दिहाड़े धन भरी साहे ले लिखाए मलक जे कन्नी सुनी दा मुंह दिखाले आए। जन्म तो पहला हर प्राणी का मौत का साहा लिखा जाता है। शाम हो आया साडा रंगा सजन असि 1972 च बैठे हो यदि किसी ना कोई दुश्मनी नहीं सिर्फ यारी खातर यह मुरली तार रहा ढेरा है ना पक्का कोई वक्त आया बाल साहब को उठे सी आई स्टाफ जगह फरीद को मेरे तो गलवा उन्होंने बुला लिया ने साढ़े बहुत ही सत्कार जो बड़े राष्ट्र डॉक्टर सिंह जी ने इवनिंग बारे तुम जानना पाया। मैं आपको बेनती करा कोई सारे ਹੋਰ ਵੱਡੀ ਗਿਣਤੀ ਵਿੱਚ ਗੁਰੂ ਗੋਬਿੰਦ ਸਿੰਘ ਸਿੱਖ ਬੈਠੇ ਸਰਦਾਰ ਸੁਦਾਗਰ ਸਿੰਘ ਜੀ ਜੱਟਪੁਰਾ ਸਾਹਿਬ ਉਹਨਾਂ ਦੀ ਆਤਮ ਅਰਦਾਸ ਦੇ ਸਮੇਂ ਤੇ ਪਿਛਲੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਅਤੇ ਪਰਿਵਾਰ ਦੇ ਨਾਲ ਦੁੱਖੀ ਸਾਂਝ ਪ੍ਰਗਟ ਕਰਨ ਲਈ ਪੰਜਾਬ ਭਰ ਤੋਂ ਬਹੁਤ ਵੱਡੀ ਗਿਣਤੀ ਵਿੱਚ ਰਾਜਨੀਤਿਕ ਪਾਰਟੀਆਂ ਦੇ ਸਰਕਾਰ ਧਾਰੂ ਸਾਹਿਬਾਨ ਇਸ ਇਲਾਕੇ ਦੇ ਬਹੁਤ ਹੀ ਸਰਦਾਰ ਪੰਚ ਸਰਪੰਚ ਬਹੁਤ ਵੱਡੀ ਗਿਣਤੀ ਵਿੱਚ ਐਸੇ ਮੌਸਮ ਦੇ ਦੌਰਾਨ ਵੀ ਬੈਠ ਕੇ ਉਸ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹੋ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਹੈ। ਸਭ ਤੋਂ ਪਹਿਲਾਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਅਫਸੋਸ ਕਰਨਾ ਦੁੱਖ ਦੀ ਘੜੀ ਹੈ ਬਹੁਤ ਹੀ ਵੱਡੀ ਗਿਣਤੀ ਵਿੱਚ ਆਪਣੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਦਾਗਰ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਲਈ ਔਰ ਸਾਰੇ ਹੀ ਪਰਿਵਾਰ ਨੂੰ ਹਮਦਰਦੀ ਦਾ ਪ੍ਰਗਟਾਵਾ ਕਰਕੇ ਦੁੱਖ ਦੇ ਸ਼ਰੀਕ ਹੋ ਕੇ ਹਾਜ਼ਰ ਹੋਏ ਹਾਂ। ਮੈਂ ਜਦੋਂ ਸਾਹਿਬ ਸੁਦਾਗਰ ਸਿੰਘ ਜੀ ਬਾਰੇ ਇੰਨੀਆਂ ਗੱਲਾਂ ਸੁਣ ਰਿਹਾ ਸੀ ਤੇ ਮੈਨੂੰ ਇੱਕ ਹੀ ਅਫਸੋਸ ਵਾਰ ਵਾਰ ਮੇਰੇ ਮਨ ਚ ਆ ਰਿਹਾ ਸੀ ਕਿ ਮੈਂ ਉਹਨਾਂ ਖੁਸ਼ ਨਸੀਬ ਨਹੀਂ ਸੀ ਕਿ ਮੈਂ ਉਹਨਾਂ ਨੂੰ ਅਜੇ ਪਸਾਰੀ ਬਹੁਤ ਹੀ ਦੁੱਖ ਦੀ ਘੜੀ ਅਫਸੋਸ ਦੀ ਘੜੀ ਸਾਡੇ ਸਾਰਿਆਂ ਦੇ ਪਿਆਰੇ ਸਰਦਾਰ ਸੁਦਾਗਰ ਸਿੰਘ ਜੀ ਹੋਣਾਂ ਦੀ ਅੰਤਿਮ ਅਰਦਾਸ ਜੁੜੇ ਹਾਂ। ਮੈਂ ਸਮਝਦਾ ਕੋਈ ਗੱਲ ਰਹਿ ਨਹੀਂ ਗਈ ਜੋ ਮੇਰੇ ਤੋਂ ਪਹਿਲਾਂ ਬੋਲਦੇ ਹੋਏ ਲੀਡਰ ਸਾਹਿਬਾਨਾਂ ਨੇ ਵੱਖ ਵੱਖ ਪਾਰਟੀਆਂ ਤੋਂ ਸਮਾਜ ਸੇਵੀਆਂ ਨੇ ਉਹਨਾਂ ਦੇ ਪਰਿਵਾਰ ਬਾਰੇ ਉਹਨਾਂ ਦੀ ਦੋਸਤੀ ਬਾਰੇ ਕਰਨਾ ਕੀਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਦੁੱਖ ਦੀ ਘੜੀ ਦੇ ਵਿੱਚ ਸਰਪੰਚ ਸਾਹਿਬ ਸਾਹਿਬ ਸੁਦਾਗਰ ਸਿੰਘ ਜੀ ਦੀ ਅੰਤਮ ਅਰਦਾਸ ਦੇ ਵਿੱਚ ਇਕੱਤਰ ਹੋਏ ਹਾਂ। ਗਰਮੀ ਦਾ ਮੌਸਮ ਸੰਗਤ ਅਤੇ ਗੁਰੂ ਮਹਾਰਾਜ ਇਸ ਗੱਲ ਦੀ ਆਗਿਆ ਨਹੀਂ ਦਿੰਦੇ ਸਾਹਿਬ ਮਹਾਰਾਜ ਦੀ ਪਵਿੱਤਰ ਗੋਦ ਦੇ ਵਿੱਚ ਵਿਰਾਜਮਾਨ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਮਾਮਾ ਸੁਦਾਗਰ ਸਿੰਘ ਜੀ ਹੋਣਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਪਹੁੰਚੀ ਹੋਈ ਨਗਰ ਇਲਾਕੇ ਔਰ ਪੰਜਾਬ ਭਰ ਦੀ ਸੰਗਤ ਸਾਰੀਆਂ ਰਾਜਸੀ ਪਾਰਟੀਆਂ ਦੇ ਬਹੁਤ ਹੀ ਸਤਿਕਾਰਯੋਗ ਸਾਰੇ ਆਗੂ ਸਾਹਿਬਾਨ ਸਾਰਿਆਂ ਨੂੰ ਹੱਥ ਬੰਨ ਕੇ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ।
ਬੇਨਤੀ ਦੇ ਦੇ ਸਾਨੂੰ ਗਣ ਕਾਲੇ ਸਭ ਦਿਲ ਸੁਸਾਸ ਦੇਨੀ ਤੇ ਸਵਾਸ ਨੂੰ ਬੇਨਤੀ ਦਿੱਤੇ ਅੰਦਰ ਵਧਣ ਘਟਣ ਦੇ ਅਨੁਸਾਰ ਜੀਵਨ ਲੋੜੇ ਭਰਮੋ ਨਾਨਕ ਦੇਉ ਗੁਰਵਾਰ ਕਹਿੰਦੇ ਹੋਰ ਜ਼ਿੰਦਗੀ ਤੇ ਚਾਹੁੰਦਾ ਹੈ ਪਰ ਆਪਣੇ ਕਰਮਾਂ ਵੱਲ ਨਿਗਾਹ ਮਾਰ ਕੇ ਵੇਖਦਾ ਹੈ ਵੀ ਜਿਹੜੀ ਜ਼ਿੰਦਗੀ ਜਿਉ ਰਿਹਾ ਹੈ ਕਿਸ ਤਰ੍ਹਾਂ ਦੀ ਜਿਉ ਰਿਹਾ ਬਾਤ ਅਸੋਣੀ ਬੰਨ ਮਾਲਕਣ ਮੌਤ ਜਾਂ ਆਲਸੀ ਸਭ ਦਰਵਾਜ਼ੇ ਭੰਨ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਚੁੰਮ ਲੈਣਿਆਂ ਦੇ ਕੰਨ ਖਰੀਦਾਰ ਅਮਲ ਜੇ ਕੀਤੇ ਦੁਨੀ ਵਿੱਚ ਦਰਗਾਹ ਆਏ ਕੰਮ ਆਪਣਾ ਵਿਸ਼ਾ ਇਹ ਹੈ ਸਤਗੁਰ ਸੇਤੀ ਰਤਿਆਂ ਦਰਗਾਹ ਪਾਈਆਂ ਠਾਉ ਇਹ ਦਰਗਾਹ ਵਿੱਚ ਦੇਖੋ ਨਾਸਤਕ ਅਨੋਖੇ ਕਹਿੰਦਾ ਵੀ ਆ ਜਗ ਮਿਟਾ ਤੇ ਦਰਗਾਹ ਕਹਿੰਦੇ ਬੇਟਾ ਵੀ ਅਗਾਂਹ ਕਿਹਨੇ ਵੇਖਿਆ ਜੀ ਹੁਣ ਆਪਾਂ ਨੇ ਨਹੀਂ ਵੇਖਿਆ ਪਰ ਜਿਹਨਾਂ ਨੇ ਵੇਖਿਆ ਉਹ ਆਵਾਜ਼ ਦਿੰਦੇ ਨੇ ਸੁਣੋ ਬੇਨਤੀ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਕਹਿਰ ਕੀ ਵੇਦਾ ਇਹਾ ਕਾਟ ਚਲੋ ਵਾ ਲਾਹਾ ਆ ਗਏ ਵਸਨ ਸੁਹੇਲਾ ਕੋਈ ਇੱਥੋਂ ਲਾਹਾ ਕੱਟ ਕੇ ਜਾ ਆਪਣਾ ਜੀਵਨ ਸਫਲ ਕਰਕੇ ਜਾ ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬੇਸ਼ਕੀਮਤੀ ਮਨੁੱਖਾ ਜਨਮ ਹੈ ਇਹ ਹੀਰੇ ਵਰਗਾ ਜਨਮ ਹੈ ਇਹਦੀ ਪਹਿਚਾਣ ਕਰ ਕੌਡੀ ਬੰਦੇ ਨਾ ਚੱਲਿਆ ਜਾਵੇ ਸਾਡਾ ਕਿਤੇ ਜਾਵੇ ਕੌਡੀਆਂ ਨੇ ਭਾ ਕੇ ਉਹ ਜਾਂਦਾ ਭਗਤ ਕਬੀਰ ਜੀ ਕਹਿੰਦੇ ਮੈਨੂੰ ਬੜੀ ਹੈਰਾਨੀ ਹੋਈ ਕਬੀਰ ਇੱਕ ਅਚੰਭੋ ਦੇਖਿਓ ਹੀਰਾ ਹਾਟ ਵੇਖਾਏ ਮੈਂ ਇੱਕ ਅਚੰਭਾ ਵੇਖਿਆ ਵੀ ਹੀਰਾ ਹੱਟੀ ਤੇ ਵੇਖਦਾ ਵੇਖਿਆ ਕੋਲ ਖੜੇ ਸ਼ਰਧਾਲੂ ਕਹਿੰਦੇ ਭਗਤ ਜੀ ਹੀਰੇ ਹੱਟੀਆਂ ਦੀ ਵੇਖਦੇ ਹੁੰਦੇ ਭਗਤ ਜੀ ਕਹਿੰਦੇ ਹੋਰ ਸੁਣ ਲੈ ਮੰਜਨ ਹਾਰ ਹੈ ਬਾਹਰ ਜਿਹੜਾ ਵੇਚਣ ਗਿਆ ਉਹਨੇ ਕਿਹਾ ਵੀ ਮੈਂ ਹੀਰਾ ਵੇਚਣਾ ਤੇ ਖਰੀਦਣ ਵਾਲਾ ਕਹਿੰਦਾ ਮੇਰੇ ਹੱਥ ਖੜੇ ਆ ਮੇਰੇ ਕੋਲ ਪੈਸੇ ਨਹੀਂ ਮੈਂ ਇਹਦਾ ਮੁੱਲ ਨਹੀਂ ਦੇ ਸਕਦਾ ਪਰ ਵੇਚਣ ਵਾਲਾ ਪਤਾ ਕੀ ਕਹਿੰਦਾ ਕਹਿੰਦਾ ਤੂੰ ਚਾਰ ਕੌਡੀਆਂ ਦੇ ਦੇ ਪਰ ਖਰੀਦ ਲੈ ਕੌਡੀ ਬਦਲੇ ਜਾਏ ਆ ਹੀਰੇ ਵਰਗਾ ਜਨਮ ਕੌਡੀਆਂ ਦੇ ਭਾਗ ਮੈਂ ਬੇਨਤੀ ਕਰ ਰਿਹਾ ਸੀ ਵੀ ਜਦੋਂ ਬੇਅਰਥ ਦੇ ਕੰਮਾਂ ਵਿੱਚ ਜੀਵਨ ਬਤੀਤ ਹੋ ਜਾਏ ਨਸ਼ਿਆਂ ਵਿਸ਼ਿਆਂ ਵਿੱਚ ਬਤੀਤ ਹੋ ਜਾਂਦਾ ਹੈ ਪਰ ਸਮਝੋ ਕੌਡੀਆਂ ਦੇ ਭਾਈਚਾਰਾ ਦੁਨੀਆਂ ਦੇ ਆਪਾਂ ਕਿੰਨੇ ਮੁਲਕਾਂ ਨੂੰ ਵੇਖਦੇ ਹਾਂ ਇਹ ਕੋਈ ਹੈ ਜੈ ਜੇ ਆਏ ਜੈ ਜੇ ਦੁਨੀਆਂ ਦੇ ਨਾਂ ਕੋਈ ਅਰਥੀ ਵੀ ਰੱਖਦੇ ਜਿਹਨੂੰ ਪਹਿਚਾਣ ਕੋਈ ਨਹੀਂ ਅਸਲ ਵਿੱਚ ਗੱਲ ਕੀ ਹੈ ਵੀ ਪਹਿਚਾਣਿਆ ਨਹੀਂ ਇਸ ਹੀਰੇ ਵਰਗੇ ਜਨਮ ਨੂੰ ਵੀ ਇਹ ਤਾਂ ਪਰਮਾਤਮਾ ਦਾ ਹੀ ਸਰੂਪ ਹੈ ਮਨ ਤੋਂ ਬੋਧ ਸਰੂਪ ਹੈ ਆਪਣਾ ਮੂਲ ਪਛਾਣ ਪਰ ਮੂਲ ਨੂੰ ਪਛਾਣਿਆ ਨੇ ਇਹ ਉਸ ਰੱਬ ਦੀ ਜੋਤ ਉਹਦੀ ਅੰਸ਼ ਹੈ ਉਹ ਕਬੀਰ ਇਹ ਰਾਮ ਕੀ ਅੰਸ਼ ਜਸ ਕਾਗਜ਼ ਪਰ ਮਿਟੇ ਨਾ ਮਨਸ ਹੁਣ ਜਿਹਨੂੰ ਪਹਿਚਾਣ ਕੋਈ ਨਹੀਂ ਮੇਰੇ ਹੱਥ ਵਿੱਚ ਹੀਰਾ ਹੋਵੇ ਪਰ ਮੈਨੂੰ ਗਿਆਨ ਕੋਈ ਨਹੀਂ ਹੈ ਮੇਰੇ ਭਾਰ ਤੇ ਪੱਥਰ ਹੈ ਮੇਰੀ ਜੇਬ ਵਿੱਚ ਬੇਸ਼ੱਕ ਲਾਲ ਪਏ ਹੋਣ ਮੈਨੂੰ ਗਿਆਨ ਕੋਈ ਨਾ ਹੋਵੇ ਮੇਰੇ ਭਾਰ ਤੋਂ ਪੱਥਰ ਨੇ ਕਦੇ ਗੋਲ ਕੁੰਡਾ ਦੀਆਂ ਪਹਾੜੀਆਂ ਵਿੱਚ ਇੱਕ ਆੜਣੀ ਭੇਡਾਂ ਚਾਰਦਾ ਹੁੰਦਾ ਸੀ ਉਹ ਭੇਡਾਂ ਚਾਰਦੇ ਆੜਣੀ ਨੂੰ ਇੱਕ ਚਮਕਦਾ ਹੋਇਆ ਪਹਾੜੀਆਂ ਵਿੱਚੋਂ ਪੱਥਰ ਮਿਲਿਆ ਧਿਆਨ ਨਾਲ ਸੁਣਨਾ ਆੜਣੀ ਨੂੰ ਲੱਗਿਆ ਭੇਡਾਂ ਚਾਰਨ ਵਾਲੇ ਨੂੰ ਪਹਾੜ ਬੱਚੇ ਨੂੰ ਦੇ ਦਿੱਤਾ ਬੱਚੇ ਖੇਡਦੇ ਰਹੇ ਇਤਿਹਾਸ ਲਿਖਣ ਵਾਲੇ ਲਿਖਦੇ ਹੈ ਇਹ ਇਤਿਹਾਸਕ ਗੱਲ ਹੈ ਵੀ 6 ਮਹੀਨੇ ਉਸ ਆਜੜੀ ਕੋਲੇ ਉਹ ਪੱਥਰ ਰਿਹਾ ਤੇ ਉਹਦੇ ਜਵਾਕ ਖੇਡਦੇ ਆ ਪਰ ਕਿਸੇ ਨੇ ਉਸ ਪੱਥਰ ਵੱਲ ਧਿਆਨ ਨਾ ਦਿੱਤਾ ਤੇ ਇੱਕ ਦਿਨ ਕੋਈ ਸ਼ਾਹੂਕਾਰ ਆ ਗਿਆ ਪਹਿਲਾਂ ਧਰਮ ਖੰਡ ਬਣਾਈ ਨਾ
ਇਸ ਵਿੱਚ ਧਰਤੀ ਥਾਂ ਪਰ ਰੱਖੀ ਧਰਮਸਾਲ ਇਹ ਧਰਮਸਾਲਾ ਬਣਾ ਦਿੱਤੀ ਧਰਮਸਾਲ ਕਿਹਨੂੰ ਕਹਿੰਦੇ ਉਹ ਜਗ੍ਹਾ ਜਿੱਥੇ ਭਾਈ ਧਰਮ ਕਮਾਇਆ ਜਾ ਸਕੇ ਸਤਿਗੁਰ ਜੀ ਕਰਨਾ ਵੀ ਕਿਸੇ ਨੇ ਕਿਹਾ ਵੀ ਇੱਥੇ ਭਾਈ ਚੰਗੇ ਕਰਮ ਕਰ ਤੂੰ ਗਾਂ ਦਰਗਾਹ ਵਿੱਚ ਚੱਲਿਆ ਸੋਮਰਸ ਦੇ ਪਿਆਦੇ ਚੱਲਦੇ ਆ ਸੋਮਰਸ ਸ਼ਰਾਬ ਨੂੰ ਕਹਿੰਦੇ ਉਹ ਸਿੱਖ ਦਾ ਭਾਈ ਇੱਥੇ ਸ਼ਰਾਬ ਨਹੀਂ ਪੀਂਦਾ ਫਿਰ ਗਾਂ ਕੀ ਪੀਣੀ ਹੈ ਸਾਨੂੰ ਐਸੇ ਸਤਿਖੰਡ ਦੀ ਨਹੀਂ ਜ਼ਰੂਰ ਦਿੱਤੇ ਕੀ ਹੈ ਜਹਾਂ ਵੈਕੁੰਠ ਤਹਾਂ ਵੈਕੁੰਠ ਵੈਕੁੰਠ ਨਗਰ ਜਹਾਂ ਸੰਤ ਵਸਦਾ ਜਿੱਥੇ ਸਤਸੰਗ ਵੀ ਜੁੜਦੇ ਨਾ ਭਗਤ ਕਬੀਰ ਜੀ ਕਹਿੰਦੇ ਕਹੋ ਕਬੀਰ ਇਹ ਕਹੀਏ ਕਾਹੇ ਸਾਧ ਸੰਗਤ ਵੈਕੁੰਠ ਹੈ ਆ ਸਤਿਖੰਡ ਵੀ ਵੈਕੁੰਠ ਸਾਧ ਸੰਗਤ ਬਣ ਗਿਆ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਸਤਿਖੰਡ ਵਸੈ ਨਿਰੰਕਾਰ ਨੂੰ ਜਿਹਨਾਂ ਨੂੰ ਇਸ ਸ਼ਬਦ ਤੇ ਭਰੋਸਾ ਆ ਗਿਆ ਜਿਹੜੇ ਗੱਲ ਆਪਾਂ ਇੱਥੋਂ ਸ਼ੁਰੂ ਕੀਤੀ ਸਤਿਗੁਰ ਸੇਤੀ ਰੱਤਿਆ ਦਰਗਹਿ ਪਾਈਐ ਠਾਉ ਜਿਹਨਾਂ ਨੂੰ ਗੁਰੂ ਨਾਲ ਵਿਸ਼ਵਾਸ ਹੈ ਗੁਰੂ ਨਾਲ ਪਿਆਰ ਹੈ ਉਹ ਨਹੀਂ ਭਰਮ ਦੇ ਗੱਲ ਸ਼ੰਕਰ ਸ਼ਹਿਰ ਦੇ ਵਿੱਚ ਉਸ ਸਮੇਂ ਪੁਰਾਣੇ ਸਮੇਂ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਸਮੇਂ ਦੀ ਗੱਲ ਹੈ ਇੱਕ ਤਕੜਾ ਕਸਬਾ ਸੀ ਗੜ ਸ਼ੰਕਰ ਉਦੋਂ ਗੁਰਸਿੱਖਾਂ ਦੇ ਘਰ ਰਹਿੰਦੇ ਬਰਦੇ ਹੁੰਦੇ ਸੀ ਤੇ ਲੋਕ ਕਹਿ ਰਹਿੰਦੇ ਸੀ ਉਹ ਇੱਕ ਇੱਥੇ ਜਾਂ ਦੋ ਸਿੱਖਾਂ ਦੇ ਘਰ ਰਹਿੰਦੇ ਬਰਦੇ ਘਰ ਹੁੰਦੇ ਸੀ ਨਗਰਾਂ ਵਿੱਚ ਗੁਰਸਿੱਖੀ ਨਾਲ ਜੁੜੇ ਹੋਏ ਪਰਿਵਾਰਾਂ ਦੇ ਗੜ ਸ਼ੰਕਰ ਦੇ ਵਿੱਚ ਇੱਕ ਭਾਈ ਤਿਲਕੂ ਨਾਮ ਦਾ ਗੁਰਸਿੱਖ ਰਹਿੰਦਾ ਜਿਹੜਾ ਆਪਣੀ ਕਿਰਤ ਕਰਦਾ ਮਿਹਨਤ ਕਰਦਾ ਸੀ ਗੁਰਬਾਣੀ ਦਾ ਪਿਆਰ ਹੈ ਗੁਰਬਾਣੀ ਦਾ ਗਿਆਨ ਵੀ ਹੈ ਗੁਰਸਿੱਖੀ ਨਾਲ ਜੁੜਿਆ ਹੋਇਆ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਤਸ਼ਾਹ ਦੇ ਪ੍ਰਤੀ ਬੜੀ ਸ਼ਰਧਾ ਰੱਖਦਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਵੀ ਜਾਣਾ ਉਹ ਪਾਵਨ ਪਵਿੱਤਰ ਧਰਤੀ ਜਿੱਥੇ ਜਾ ਕੇ ਨਮਸਕਾਰ ਕਰਦਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸੰਗਤ ਕਰਦਾ ਆ ਕੇ ਆਪਣੀ ਕਿਰਤ ਕਿਰਤ ਵਿੱਚ ਲੱਗ ਜਾਂਦਾ ਇਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰਦਾ ਤੇ ਲੋਕ ਉਹਦੇ ਜੀਵਨ ਤੋਂ ਬੜੇ ਪ੍ਰਭਾਵਿਤ ਹੋਣ ਸ਼ੁਰੂ ਹੋ ਗਏ ਸਿੱਖ ਦਾ ਜੀਵਨ ਰੋਲ ਮਾਡਲ ਹੋਵੇ ਸਾਡਾ ਆਪਣਾ ਜੀਵਨ ਇਸ ਤਰ੍ਹਾਂ ਦਾ ਹੋਵੇ ਵੀ ਜੀਵਨ ਨੂੰ ਦੇਖ ਕੇ ਹੀ ਕੋਈ ਕਹੇ ਵੀ ਵਾਹ ਮੈਂ ਵੀ ਇਹੋ ਜਿਹਾ ਬਣ ਗਿਆ ਕਦੇ ਪ੍ਰੋਫੈਸਰ ਸਾਹਿਬ ਸਿੰਘ ਜਿਹਨਾਂ ਨੇ ਗੁਰਬਾਣੀ ਦੇ ਅਰਥ ਕੀਤੇ ਇਹ ਹਿੰਦੂਆਂ ਦੇ ਘਰ ਪੈਦਾ ਬਾਣੀ ਦਾ ਗੁਰੂ ਘਰ ਦਾ ਉਪਦੇਸ਼ ਲੈ ਕੇ ਆਪਣਾ ਵਧੀਆ ਜੀਵਨ ਜਿਉਣਾ ਸ਼ੁਰੂ ਕਰ ਦਿੱਤਾ ਤਾਂ ਉਸ ਗੜ ਸ਼ੰਕਰ ਦੇ ਵਿੱਚ ਇੱਕ ਜੋਗੀ ਰਹਿੰਦਾ ਜਿਹਦਾ ਨਾਂ ਇਤਿਹਾਸਕਾਰਾਂ ਨੇ ਮਹੇਸ਼ਾ ਜੋਗੀ ਕਿਹਾ ਉਹ ਕਹਾਉਂਦਾ ਤੇ ਆਪਣੇ ਆਪ ਨੂੰ ਧਰਮੀ ਸੀ ਪਰ ਸੀ ਪ੍ਰਪੰਚ ਕਰਨ ਵਾਲਾ ਸੀ ਪਾਖੰਡੀ ਧਰਮ ਦੇ ਲਿਬਾਸ ਵਿੱਚ ਪਾਖੰਡ ਕਰਦਾ ਸੀ ਕੰਨਾਂ ਵਿੱਚ ਮੁੰਦਰਾਂ ਪਾਈਆਂ ਹੋਈਆਂ ਸੀ ਤੇ ਉਹ ਇੰਨੀਆਂ ਭਾਰੀਆਂ ਸੀ ਵੀ ਇੱਕ ਕੰਨ ਹੀ ਪਾੜ ਗਿਆ ਇਸ ਕਰਕੇ ਇਤਿਹਾਸਕਾਰਾਂ ਨੇ ਉਹਨੂੰ ਕੰਨ ਪਾੜਾ ਜੋਗੀ ਵੀ ਕਿਹਾ ਜੋਗ ਮਤ ਦਾ ਆੜ ਹੇਠ ਆਪਣੇ ਪ੍ਰਪੰਚ ਚਲਾਉਂਦਾ ਸੀ ਆਪਣੇ ਪ੍ਰਖੰਡ ਚਲਾਉਂਦਾ ਸੀ ਧਰਮ ਕੋਈ ਵੀ ਪੜਦਾ ਨਹੀਂ ਹੈ ਚਾਹੇ ਕੋਈ ਹਿੰਦੂ ਹੈ ਮੁਸਲਮਾਨ ਹੈ ਈਸਾਈ ਹੈ ਜੈਨੀ ਬੁੱਧੀ ਹੈ ਧਰਮ ਕੋਈ ਮਾੜਾ ਨਹੀਂ ਆਪਣੇ ਧਰਮ ਵਿੱਚ ਪ੍ਰਪਾਤ ਰਹਿਣਾ ਤੇ ਦੂਜਿਆਂ ਦਾ ਸਤਿਕਾਰ ਕਰਨਾ ਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਦੋਂ ਬਹਾਦਰ ਸ਼ਾਹ ਦੇ ਬਰਾਬਰ ਗਿਆ ਨਾ ਤੁਹਾਡੇ ਕੋਲੇ ਡੰਡਾ ਹੈ ਨਾ ਕੁੱਪਰ ਹੈ ਨਾ ਤੁਹਾਡੇ ਮੁੰਦਰਾਂ ਪਾਈਆਂ ਹੋਈਆਂ ਤੁਸੀਂ ਕਾਹਦੇ ਜੋਗੀ ਹੋਏ ਗੁਰੂ ਸਾਹਿਬ ਕਹਿੰਦੇ ਮੇਰੇ ਸਭ ਕੁਝ ਪਾਇਆ ਹੋਇਆ ਜਪਜੀਤ ਸਾਹਿਬ ਆਪਾਂ ਪੜ੍ਹਦੇ ਹਾਂ ਮੁੰਦਾ ਸੰਤੋਖ ਉਹਨਾਂ ਨੂੰ ਪਤਾ ਕੀ ਕਿਹਾ ਅਰਥ ਭਾਵ ਨੂੰ ਪੜ੍ਹੀਏ ਸਤਿਗੁਰੂ ਜੀ ਕਹਿੰਦੇ ਪਾਈਆਂ ਜੋਗੀਓ ਮੈਂ ਸੰਤੋਖ ਦੀਆਂ ਮੁੰਦਰਾਂ ਸਤਿ ਸ਼੍ਰੀ ਅਕਾਲ।
ਬਹੁਤ ਵਧੀਆ ਢੰਗ ਨਾਲ ਸਵਾਗਤ ਕਰਕੇ ਲੈ ਕੇ ਗਏ ਸੋ ਮੈਂ ਬੜਾ ਨਾ ਕਹਿੰਦਾ
ਇਸ ਮਹਾਨ ਸ਼ਹੀਦ ਨੂੰ ਇਸ ਮਹਾਨ ਮਰਦ ਨੂੰ ਆਪਦੇ ਵੱਲੋਂ ਔਰ ਆਪਦੀ ਪਾਰਟੀ ਹਿੰਦ ਗੁਰਸ ਪਾਰਟੀ ਵੱਲੋਂ ਜਿਹੜਾ ਲੁਧਿਆਣਾ ਵੱਲੋਂ ਸਰਦਾ ਦੇ ਫੁੱਲ ਭੇਟ ਕਰਦਾ ਔਰ ਸੌ ਖਾਣੇ ਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਮੈਂ ਉਸ ਪਾਈ ਚਾਹੇ ਕਿਸੇ ਪਾਰਟੀ 'ਚ ਉਹਦੀਆਂ ਚੰਗੀਆਂ ਗੱਲਾਂ ਲੋਕਾਂ ਦੇ ਵਿੱਚ ਸਾਰੀ ਜ਼ਿੰਦਗੀ ਉਹਦੇ ਵਿੱਚ ਗੁਜ਼ਾਰਾਂਗੇ। ਧੰਨਵਾਦ। ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸਰਦਾਰ ਸੁਦਾਗਰ ਸਿੰਘ ਜੀ ਨਿਰੰਤਰ ਅਰਦਾਸ ਵਿੱਚ ਸ਼ਾਮਲ ਹੋਣ ਆਏ ਇਲਾਕੇ ਭਰ ਤੋਂ ਸਮੂਹ ਸਾਧ ਸਿੰਘ ਜੀ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦਾ ਦਰਬਾਰ ਹੈ, ਬਾਦਸ਼ਾਹ ਸ਼ਾਹ ਵਪਾਰੀ ਕਰਨਾ, ਜੋ ਦੀਸੇ ਸੁੱਖ ਵਾਲੇ ਕਰਨਾ। ਇਸ ਸੰਸਾਰ 'ਤੇ ਜੋ ਵੀ ਪ੍ਰਾਣੀ ਆਇਆ ਉਸਨੇ ਇੱਕ ਦਿਨ ਜਾਣਾ। ਕਈ ਜੀ ਫਰਮਾਉਂਦੇ ਆ, ਜਿੱਤ ਦਿਹਾੜੇ ਧਨ ਵਰੀ ਸਾਹੇ ਲੈ ਲਿਖਾਏ, ਮਲਕ ਜੇਕਰ ਨਹੀਂ ਸੁਣੀ ਦਾ ਮੂੰਹ ਵਿਖਾਲੇ ਆਏ। ਜਨਮ ਤੋਂ ਪਹਿਲਾਂ ਹਰ ਪ੍ਰਾਣੀ ਦਾ ਮੌਤ ਦਾ ਸਾਹਾ ਲਿਖਿਆ ਜਾਂਦਾ। ਸੋ ਅੱਜ ਸਰਦਾਰ ਸੁਦਾਗਰ ਸਿੰਘ ਜੀ ਆਪਣੇ 75 ਸਾਲ ਦੀ ਜ਼ਿੰਦਗੀ ਦੇ ਸਵਾਸ ਪੂਰੇ ਕਰਕੇ ਕੁਝ ਦਿਨ ਪਹਿਲਾਂ ਗੁਰੂ ਚਰਨਾਂ ਜਾਪ ਰਾਜੇ ਆ, ਔਰ ਉਹਨਾਂ ਬਾਰੇ ਸ਼ਾਹ ਪ੍ਰੀਤਮ ਸਿੰਘ ਜੀ ਨੇ ਬੜੇ ਵਿਸਥਾਰ ਦੇ ਨਾਲ ਉਹਨਾਂ ਦੀ ਜ਼ਿੰਦਗੀ ਦਾ ਹਰ ਇੱਕ ਪਹਿਲੂ ਆਪਾਂ ਨੂੰ ਦੱਸਿਆ, ਔਰ ਜਿੰਨਾ ਕੁ ਮੈਂ ਸੁਦਾਗਰ ਸਿੰਘ ਜੀ ਬਾਰੇ ਦੇਖਿਆ, ਸਰਦਾਰ ਸੁਦਾਗਰ ਸਿੰਘ ਜੀ ਬੜੇ ਨਿਡਰ, ਦਲੇਰ ਔਰ ਕਿਸੇ ਤੋਂ ਨਾ ਡਰਨ ਵਾਲੇ ਇਮਾਨਦਾਰ, ਬੜੇ ਨੇਕ ਇਨਸਾਨ ਸੀ। ਔਰ ਜਿਸ ਪਾਰਟੀ ਦੇ ਵਿੱਚ ਉਹ ਕੰਮ ਕਰਦੇ ਸੀਗੇ, ਕਾਂਗਰਸ ਪਾਰਟੀ ਦੇ ਵਿੱਚ, ਔਰ ਉਸ ਪਾਰਟੀ ਨਾਲ ਪੂਰੇ ਮਰਦੇ ਦਮ ਤੱਕ ਮਰਨ ਤੱਕ ਉਹ ਪੱਕੇ ਰਹੇ। ਮੂੰਹੋਂ ਬੋਲ ਕਿੰਨੇ ਪੈਸੇ ਲੈਣੇ ਆ ਸਾਨੂੰ ਇਹ ਟੈਂਡਰ ਭਰ ਲੈਣ ਦੇ, ਸਾਨੂੰ ਇਹ ਸਪੈਸ਼ਲਾਂ ਭਰ ਲੈਣ ਦੇ, ਲੋੜਿੰਗ ਦਾ ਕੰਮ ਕਰ ਲੈਣ ਦੇ। ਭਾਈ ਜੀ ਆਖਣ ਲੱਗੇ ਕਿ ਆਪਣੇ ਸਵਰਗ ਵਾਸੀ ਸ਼ਾਮਲ ਹੋਣ ਆਏ ਆ, ਸਾਡਾ ਰੰਗਾ ਸੱਜਣ, ਅਸੀਂ 1972 'ਚ ਇਕੱਠੇ ਹੋਏ, ਇਹਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ, ਸਿਰਫ ਇਕਦਾਰੀ ਖਾਤਰ ਇਹ ਮੂਹਰਲੀ ਦਾਜ ਰਿਹਾ। ਤੁਹਾਡੇ ਰਾਹ ਇੰਨਾ ਪੱਕਾ, ਕੋਈ ਵਕਤ ਆਇਆ ਬਾਦ ਸਾਹਿਬ ਕੋਲ ਕੇ ਸੀ ਆਈ ਸਟਾਫ ਦੇ ਮੈਂ ਫਰੀਦ ਕੋਲ, ਉਸ ਤੋਂ ਬਾਅਦ ਇਹ ਕਾਂਗਰਸ ਸ਼ਾਮਲ ਹੋਇਆ। ਮੈਂ ਵੀ ਕੋਸ਼ਿਸ਼ ਕਰੀ, ਪੱਪੂ ਨੇ ਵੀ ਕੋਸ਼ਿਸ਼ ਕਰੀ, ਇਹ ਧੜੇ ਦਾ ਇੰਨਾ ਪੱਕਾ ਸੀ, ਇਹਨੇ ਕਾਂਗਰਸ ਨਹੀਂ ਛੱਡੀ। ਪਹਿਲਾਂ ਸਾਡੇ ਨਾਲ ਲੜਾਈਆਂ ਝਗੜਿਆਂ ਨੂੰ ਮੂੰਹ ਲੈ ਕੇ ਨਹੀਂ ਰਿਹਾ। ਪਹਿਲੀ ਦਫ਼ਾ ਮੈਨੂੰ ਸਾਹ ਸੁਰਜੀਤ ਸਿੰਘ ਚੱਕਰ ਨੇ 1972 'ਚ ਬੁਲਾਇਆ, ਕਹਿੰਦਾ ਮੇਰਾ ਰੂਪ ਸਮਝੀ ਇਹਨੂੰ। ਅੱਜ ਤੱਕ ਸਾਡਾ ਕਦੇ ਕੋਈ ਫਰਕ ਨਹੀਂ ਪਿਆ। ਇਹ ਰੰਗਲਾ ਸੱਜਣ ਜਵਾਨ ਦਾ, ਦੋਸਤੀ ਦਾ ਹੱਦ ਤੋਂ ਵੱਧ ਪੱਕਾ ਬੰਦਾ ਸੀ। ਇਹੋ ਜਿਹੇ ਬੰਦੇ ਜ਼ਿੰਦਗੀ 'ਚ ਤੁਹਾਨੂੰ ਰੰਗਲੇ ਸੱਜਣ ਬੜੇ ਘੱਟ ਮਿਲਦੇ ਨੇ। ਆਪਣੇ ਪੁਰਾਣੀਆਂ ਕਹਿਣਗੇ ਵੀ ਇਹਦੀ ਰੂਹ ਨੂੰ ਸ਼ਾਂਤੀ ਦੇਵੇ ਪਰਮਾਤਮਾ, ਆਪਣੇ ਚਰਨਾਂ 'ਚ ਨਮਾਜ਼ ਕਰੇ। ਮੇਰਾ ਖਿਆਲ ਬਿਲਕੁਲ ਉਲਟਾ, ਇਹੋ ਜਿਹੇ ਇਨਸਾਨ ਨੂੰ ਪਰਮਾਤਮਾ ਵਾਰ ਵਾਰ ਭੇਜਿਆ ਇਸ ਸ੍ਰਿਸ਼ਟੀ 'ਤੇ। ਇੱਥੇ ਦੰਦ ਬਥੇਰਾ, ਬੇਜਵਾਨ ਲੋਕ ਬਹੁਤ ਨੇ, ਉਹਨਾਂ ਨੂੰ ਆਪਣੇ ਚਰਨਾਂ 'ਚ ਰੱਖੇ। ਇਹੋ ਜਿਹੇ ਰੰਗਲੇ ਸੱਜਣ ਨੂੰ ਜਿਹੜਾ ਦੋਸਤਾਂ ਦਾ ਦੋਸਤ, ਮਿੱਤਰਾਂ ਦਾ ਮਿੱਤਰ, ਧੜੇ ਦਾ ਹੱਦ ਤੋਂ ਵੱਧ ਪੱਕਾ, ਇਹੋ ਜਿਹੇ ਇਨਸਾਨ ਨੂੰ ਪਰਮਾਤਮਾ ਮੁੜ ਮੁੜ ਕੇ ਇਸ ਧਰਤੀ 'ਤੇ ਭੇਜੇ, ਜਿਹੜਾ ਇਹਦੇ ਆਪਾਂ ਸਿੱਖਿਆ ਲੈ ਸਕੀਏ। ਇਹਦੇ 'ਤੇ ਮੈਂ ਜ਼ਿੰਦਗੀ 'ਤੇ ਇੰਨਾ ਸਾਥ ਅਸੀਂ ਇਕੱਠਾ ਨਿਭਾਇਆ, ਮੈਂ ਘੰਟਿਆਂ ਵੱਧ ਹੀ ਬੋਲ ਸਕਦਾ, ਬੁਲਾਰੇ ਬਹੁਤ ਜ਼ਿਆਦਾ ਨੇ। ਮੈਂ ਸੈਕਟਰੀ ਨੂੰ ਵੀ ਬੇਨਤੀ ਕਰੂੰ ਵੀ ਤੂੰ ਘੱਟ ਟਾਈਮ ਲੈ, ਬਹੁਤ ਦੂਰੋਂ ਦੂਰੋਂ ਦੁਨੀਆ ਆਈ ਆ, ਬੁਲਾਰੇ ਬਹੁਤ ਜ਼ਿਆਦਾ ਨੇ, ਮੈਂ ਇਸ ਕਰਕੇ ਬਹੁਤਾ ਟਾਈਮ ਨਹੀਂ ਲੈਂਦਾ। ਇਸ ਰੰਗਲੇ ਸੱਜਣ ਨੂੰ, ਸਾਡੇ ਵੱਡੇ ਭਰਾ ਨੂੰ ਸਤਿਕਾਰ ਅਤੇ ਸ਼ਰਧਾ ਦੇ ਫੁੱਲ ਭੇਟ ਕਰਦਾ। ਫਿਰ ਪਰਮਾਤਮਾ ਅਰਦਾਸ
ਇਕੱਠੇ ਚੱਲਦੇ ਰਹੇ ਲੜਾਈਆਂ ਝਗੜਿਆਂ ਚ ਅਸੀਂ ਇਕੱਠੇ ਰਹੇ ਇਹ ਇਨਸਾਨ ਮੈਂ ਪਹਿਲਾਂ ਕਹਿ ਗਿਆ ਧੜੇ ਦਾ ਤੇ ਪਾਲਦੀ ਦਾ ਹੱਦ ਤੋਂ ਵੱਧ ਪੱਕਾ ਸੀ ਮੈਂ ਫਿਰ ਇਸ ਰੰਗਲੇ ਸਾਜਣ ਨੂੰ ਸਰਦਾ ਤੇ ਸਤਿਕਾਰ ਭੇਟ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਚਰਨ ਹੈ ਜਮਾਨੀ ਪਿਆਰੀ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੋਂ ਪਹਿਲਾਂ ਬੋਲਣ ਵਾਲੇ ਬੁਲਾਰਿਆਂ ਨੇ ਸਾਡੇ ਬਹੁਤ ਹੀ ਸਤਿਕਾਰ ਜੋ ਸਾਡੇ ਰਾਸ਼ਟਰ ਸਾਕਰ ਸਿੰਘ ਦੇ ਜੀਵਨੀ ਬਾਰੇ ਤੁਹਾਨੂੰ ਜਾਣਨਾ ਪਾਇਆ ਮੈਂ ਬੇਨਤੀ ਕਰਾਂ ਕਿ ਸਾਰੇ ਬਹੁਤ ਵੱਡੀ ਗਿਣਤੀ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਬੈਠੇ ਆ ਪਹਿਲਾਂ ਵੀ ਬਜ਼ੁਰਗਾਂ ਨੇ ਤੁਹਾਨੂੰ ਫਤਿਹ ਬੁਲਾਈ ਕੋਈ ਕੋਈ ਜਵਾਬ ਦਿੱਤਾ ਨਹੀਂ ਹੁਣ ਮੈਂ ਫਤਿਹ ਬੁਲਾਈ ਕੋਈ ਜਵਾਬ ਦਿੱਤਾ ਜੋ ਤੁਸੀਂ ਸਾਡੀਆਂ ਰੈਲੀਆਂ ਵਿੱਚ ਜਾਂਦੇ ਹਾਂ ਜਾਂ ਅਕਾਲੀ ਦਲ ਦੀ ਹੋਵੇ ਜਾਂ ਸਾਡੀ ਕਾਂਗਰਸ ਪਾਰਟੀ ਦੀ ਹੋਵੇ ਲੀਡਰ ਸਟੇਜ ਦੇ ਪਹਿਲਾਂ ਤੋਂ ਤੁਹਾਨੂੰ ਨਾਰੇ ਮਾਰਦੇ ਹਾਂ ਤੁਸੀਂ ਪਹਾਂ ਉਹ ਖੁੱਲੀਆਂ ਕਰਕੇ ਨਾਰੇ ਮਾਰ ਇਹ ਨਾਰਾ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਦਿੱਤਾ ਪਰ ਨਾ ਮੇਰਾ ਨਾ ਤੁਹਾਡਾ ਇਸ ਜਿਹਦੀ ਆਗਿਆ 'ਚ ਬੈਠੇ ਗੁਰੂ ਗ੍ਰੰਥ ਸਾਹਿਬ ਦੀ ਆਗਿਆ 'ਚ ਬੈਠੇ ਤੁਸੀਂ ਇਹ ਨਾਰਾ ਗੁਰੂ ਦਸਵੇਂ ਪਾਤਸ਼ਾਹ ਗੋਬਿੰਦ ਸਿੰਘ ਨੇ ਦਿੱਤਾ ਮੈਂ ਫਿਰ ਬੇਨਤੀ ਕਰੂੰ ਤੁਹਾਨੂੰ ਸਾਰਿਆਂ ਨੂੰ ਸਾਰੀ ਸੰਗਤ ਦੇ ਇਸ ਨਾਲ ਪਵਿੱਤਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਡੇ ਬਹੁਤ ਇਸ਼ਤਕਾਰ ਜੋ ਸਰਦਾਰ ਸਾਹਿਬ ਸਿੰਘ ਦੀ ਸਰਪੰਚ ਸਾਡੇ ਨਵੇਂ ਜਟਪੁਰਾ ਦੇ ਅੰਤ ਮੁਤਾਬਿਕ ਸ਼ਾਮਿਲ ਹੋਣ ਵਾਸਤੇ ਉਹਨਾਂ ਤਿੰਨਾਂ ਬੇਟਿਆਂ ਦਾ ਔਰ ਬੇਟੀਆਂ ਦਾ ਪੋਤੇ ਪੋਤੇ ਨੂੰ ਸਾਂਝਾ ਕਰਨ ਵਾਸਤੇ ਆਪਾਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬਿਰਾਜਮਾਨ ਹੋਏ ਇੱਥੋਂ ਪਹਿਲਾਂ ਬੁਲਾਇਆ ਨੇ ਸਰਦਾਰ ਸਾਕਰ ਸਿੰਘ ਜੀਵਨੀ ਵਾਲੇ ਉਹਦੇ ਕੀਤੇ ਕੰਮਾਂ ਦਾ ਜੋ ਚਾਨਣਾ ਪਾਇਆ ਜੋ ਗੱਲਾਂ ਗਾਚਾ ਸਾਹਿਬ ਬੋਲ ਕੇ ਗਏ ਠੀਕ ਹੈ ਪਾਰਟੀਆਂ ਥੋੜ੍ਹੀ ਹੁੰਦੀ ਹੈ ਪਾਰਟੀ ਦੀ ਉਹਦੀ ਗੱਲ ਕੋਈ ਪਰ ਜ਼ਿਆਦਾ ਬਹੁਤ ਵੱਡੀ ਗੱਲ ਹੁੰਦੀ ਇਹ ਸਥਾਨ ਦੇ ਸਥਾਨ 'ਤੇ ਆਪਾਂ ਅੱਜ ਇਕੱਠੇ ਹੋਏ ਹਾਂ ਇਹ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਰਨ ਛੋਹ ਪ੍ਰਾਪਤ ਛੇਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਚਰਨ ਛੋਹ ਪ੍ਰਾਪਤ ਨਗਰ ਹੈ ਜਿਹਨੂੰ ਸਾਰਾ ਇਤਿਹਾਸ ਵੀ ਜਾਣਦਾ ਸਾਰੀ ਦੁਨੀਆ ਨਾਂ ਲੰਮੇ ਕਰਕੇ ਉਹਦਾ ਹੁੰਦਾ ਹੈ ਦਸਵੇਂ ਪਾਤਸ਼ਾਹ ਵੀ ਇੱਥੇ ਆਏ ਛੇਵੇਂ ਪਾਤਸ਼ਾਹ ਗੁਰੂ ਸਾਹਿਬ ਵੀ ਇੱਥੇ ਆਏ ਉਹਨੂੰ ਥੋੜ੍ਹੇ ਵੱਡਾ ਗੁਰਦੁਆਰਾ ਮਿਲ ਕੇ ਪੈਂਤੀਆਂ ਸਾਹਿਬ ਬਣਿਆ ਜੋ ਦਰਸ਼ਨ ਕਰਨ ਵਿੱਚ ਜਾਂਦੀਆਂ ਸਨ ਸਰਦਾਰ ਸੁਦਾਗਰ ਸਿੰਘ ਜੀ ਜਟਪੁਰਾ ਸਾਹਿਬ ਉਹਨਾਂ ਦੀ ਅੰਤਮ ਅਰਦਾਸ ਦੇ ਸਮੇਂ 'ਤੇ ਪਿਛਲੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਅਤੇ ਪਰਿਵਾਰ ਦੇ ਨਾਲ ਦੁੱਖੀ ਸਾਂਝ ਪ੍ਰਗਟ ਕਰਨ ਲਈ ਪੰਜਾਬ ਭਰ ਤੋਂ ਬਹੁਤ ਵੱਡੀ ਗਿਣਤੀ ਵਿੱਚ ਰਾਜਨੀਤਿਕ ਪਾਰਟੀਆਂ ਦੇ ਸਰਕਾਰ ਆਗੂ ਸਾਹਿਬਾਨ ਇਸ ਇਲਾਕੇ ਦੇ ਬਹੁਤ ਹੀ ਸਰਕਾਰ ਪੰਚ ਸਰਪੰਚ ਬਹੁਤ ਵੱਡੀ ਗਿਣਤੀ ਵਿੱਚ ਐਸੇ ਮੌਸਮ ਦੇ ਦੌਰਾਨ ਵੀ ਬੈਠ ਕੇ ਉਸ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਹੈ ਸਭ ਤੋਂ ਪਹਿਲਾਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਕਥਨ ਹੈ ਰਾਮ ਗਏ ਰਾਵਣ ਗਏ ਜਾਂ ਕੋ ਬਹੁ ਪਰਿਵਾਰ ਕੋ ਨਾਨਕ ਸਿਰ ਕਿਛ ਨਹੀਂ ਸੁਪਨੇ ਜਿਉ ਸੰਸਾਰ ਹਰ ਧਰਮ ਇਸ ਗੱਲ ਦੀ ਜ਼ਿੰਦਗੀ ਦੀ ਸੱਚਾਈ ਬਾਰੇ ਸਪਸ਼ਟ ਕਰਦਾ ਹੈ ਕਿ ਇੱਥੇ ਰਹਿਣਾ ਝੂਠ ਹੈ ਅਤੇ ਆਪਣਾ ਰਹਿਣਾ ਜਿਹੜਾ ਦੁਨੀਆ 'ਤੇ ਇਹ ਸੱਚ ਹੈ ਮਰਨਾ ਹਰ ਵਿਅਕਤੀ ਨਹੀਂ ਹੈ ਸੋ ਬਹੁਤ ਲੋਕ ਇਸ ਦੁਨੀਆ 'ਤੇ ਆਉਂਦੇ ਆ ਅਤੇ ਚਲੇ ਜਾਂਦੇ ਆ ਪਰ ਕੁਛ ਲੋਕ ਯਾਦ ਰਹਿੰਦੇ ਆ ਅੱਜ ਜਿਸ ਤਰ੍ਹਾਂ ਮੈਂ ਦੇਖ ਰਿਹਾ ਕਿ ਸਰਦਾਰ ਸੁਦਾਗਰ ਸਿੰਘ ਜੀ ਦੀ ਜ਼ਿੰਦਗੀ ਦੇ ਜੀਵਨ ਦੇ ਨਾਲ ਸੰਬੰਧਿਤ ਉਹਨਾਂ ਦੇ ਇਸ ਅੰਤਮ ਅਰਦਾਸ ਦੇ ਸਮੇਂ 'ਤੇ ਜੋ ਵਿਚਾਰ ਸਾਹਮਣੇ ਆਈ ਹੈ ਇੱਥੇ ਗੱਲ ਕੀਤੀ ਸੀ ਸਾਡੇ ਕਾਂਗੜ ਸਾਹਿਬ ਨੇ ਕਹਿੰਦੇ ਜੀ ਸੁਦਾਗਰ ਸਿੰਘ ਜੀ ਸੁਦਾਗਰ ਸਿੰਘ ਹੀ ਸਨ ਉਹਨਾਂ ਦੇ ਇਹਨਾਂ ਲਫ਼ਜ਼ਾਂ ਦੇ ਵਿੱਚ ਬਹੁਤ ਕੁਛ ਭਰਿਆ ਮੈਂ ਬਹੁਤ ਲੰਬੀ ਗੱਲ ਨਹੀਂ ਕਰਨੀ ਮੈਂ ਇੱਕੋ ਗੱਲ ਕਰਨੀ ਹੈ ਕਿ ਬਹੁਤ ਵੱਡੀ ਗਿਣਤੀ ਵਿੱਚ ਜਿੰਨੇ ਤੁਸੀਂ ਇੱਥੇ ਬੈਠੇ ਹੋ ਉਹ ਸਿਆਸਤ ਦੇ ਨਾਲ ਕਿਸੇ ਨਾ ਕਿਸੇ ਢੰਗ ਨਾਲ ਜੁੜੇ ਹੋ ਪਰ ਸਰਦਾਰ ਸੁਦਾਗਰ ਸਿੰਘ ਜੀ ਸਾਡੇ ਵਾਸਤੇ ਇੱਕ ਜ਼ਿੰਦਗੀ ਜਿਉਂ ਕੇ ਇੱਕ ਸੁਨੇਹਾ ਦੇ ਕੇ ਗਏ ਆ ਉਹ ਸੁਨੇਹਾ ਸਾਨੂੰ ਸਾਰਿਆਂ ਨੂੰ ਪੱਲੇ ਬੰਨਣਾ ਚਾਹੀਦਾ ਪਹਿਲੀ ਗੱਲ ਤਾਂ ਬਹੁਤ ਚੰਗੀ ਹੈ ਹਰ ਵਿਅਕਤੀ ਨੇ ਸ਼ੋਭਾ ਕੀਤੀ ਹੈ ਅਤੇ ਸਤਿਕਾਰ ਵੀ ਮਿਲਦਾ
ਜਿਹੜਾ ਇੱਕ ਥਾਂ ਖੜਦਾ ਕੋਈ ਸ਼ੱਕ ਨਹੀਂ ਪਾਰਟੀ ਕੋਈ ਵੀ ਹੈ ਆਪੋ ਆਪਣੀ ਥਾਈ ਹਰ ਪਾਰਟੀ ਆਪਣੇ ਮੁਤਾਬਕ ਆਪਣਾ ਫਰਜ਼ ਅਦਾ ਕਰਦੀ ਹੈ ਮੈਂ ਇਹ ਗੱਲ ਕਰਦਾ ਕਿ ਹਿੰਦੁਸਤਾਨ ਲੋਕਤੰਤਰ ਹੈ ਵੋਟਾਂ ਦਾ ਦੇਸ਼ ਹੈ ਇੱਥੇ ਵੱਖ ਵੱਖ ਪਾਰਟੀਆਂ ਆਪਦੇ ਸਿਧਾਂਤਾਂ ਨੂੰ ਲੈ ਕੇ ਚੱਲਦੀਆਂ ਨੇ ਸਰਦਾਰ ਸੁਦਾਗਰ ਸਿੰਘ ਜੀ ਆਪਦੀ ਜ਼ਿੰਦਗੀ 'ਚ ਕਾਂਗਰਸ ਪਾਰਟੀ ਨਾਲ ਜੁੜੇ ਰਹੇ ਅਤੇ ਆਖਰੀ ਸਾਹ ਤੱਕ ਜੁੜੇ ਰਹੇ ਇਹ ਗੱਲ ਉਹਨਾਂ ਦੇ ਜਿਹੜੇ ਜ਼ਿੰਦਗੀ ਦੇ ਇੱਕ ਵੱਡੇ ਵਿਚਾਰ ਨੂੰ ਸਤਿਕਾਰ ਸਾਡਾ ਦੇਣਾ ਬਣਦਾ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਅਤੇ ਪਵਿੱਤਰ ਹਜ਼ੂਰੀ 'ਚ ਵਿਰਾਜਮਾਨ ਮੇਰੇ ਬਹੁਤ ਹੀ ਸਤਿਕਾਰਯੋਗ ਵੀਰੋ ਅਤੇ ਭੈਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਅਫਸੋਸ ਕਰਾਉਂਦਾ ਦੁੱਖ ਦੀ ਘੜੀ ਆ ਆਪਾਂ ਅੱਜ ਹੈ ਜੀ ਵੱਡੀ ਗਿਣਤੀ ਵਿੱਚ ਆਪਣੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਦਾਗਰ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਲਈ ਔਰ ਸਾਰੇ ਹੀ ਪਰਿਵਾਰ ਨੂੰ ਹਮਦਰਦੀ ਦਾ ਪ੍ਰਗਟਾਵਾ ਕਰਦੇ ਦੁੱਖ ਦੇ ਸ਼ਰੀਕ ਹੋਣ ਲਈ ਹਾਜ਼ਰ ਹੋਏ ਹਾਂ ਸਤਿਕਾਰਯੋਗ ਵੀਰੋ ਅਤੇ ਭੈਣੋ ਦਰਅਸਲ ਸਹੀ ਮਾਨਿਆ ਤੇ ਆਪਾਂ ਕਰਨਦਾਰ ਆ ਦੇਣ ਦਾਰ ਆ ਉਸ ਤੱਕ ਹੁੰਦਾ ਇੱਕ ਪਰਮਾਤਮਾ ਦੇ ਜਿਸ ਨੇ ਸਾਨੂੰ ਸਾਰੀ ਸ੍ਰਿਸ਼ਟੀ ਦੇ ਵਿੱਚੋਂ ਸਾਰੀ ਕਾਇਨਾਤ ਦੇ ਵਿੱਚੋਂ ਇਨਸਾਨੀ ਜੀਵਨ ਦਿੱਤਾ ਜੇ ਸਾਨੂੰ ਗੁਰੂ ਸਾਹਿਬਾਨ ਨੇ ਸਿੱਖਿਆ ਦੇ ਮੁਤਾਬਕ ਇਨਸਾਨੀ ਜੀਵਨ ਦਿੱਤਾ ਸਾਨੂੰ ਗੁਰੂਆਂ ਦੇ ਆਸ਼ੇ ਦੇ ਮੁਤਾਬਕ ਚੱਲਣ ਦਾ ਯਤਨ ਵੀ ਕਰਨਾ ਚਾਹੀਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿੱਖਿਆ ਲੈ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਯਤਨ ਕਰਨਾ ਚਾਹੀਦਾ ਸਿੱਖਿਆ ਦੇ ਮੁਤਾਬਕ ਚੱਲਣ ਦੀ ਮੈਂ ਮਹਿਸੂਸ ਕਰਦਾ ਵੈਸੇ ਤਾਂ ਜ਼ਿੰਦਗੀ ਜਦੋਂ ਤੇ ਆਉਂਦਾ ਨਾਮ ਸਟਰਗਲ ਦਾ ਨਾਮ ਜਦੋਂ ਤੇ ਜਿਹੜਾ ਇਨਸਾਨ ਕਰਦਾ ਸਖ਼ਤ ਮਿਹਨਤ ਕਰਦਾ ਉਹ ਹਮੇਸ਼ਾ ਤਰੱਕੀ ਕਰਦਾ ਰਹਿੰਦਾ ਸਰਦਾਰ ਸੁਦਾਗਰ ਸਿੰਘ ਦੀ ਬਾਬਤ ਕਿਹਾ ਜਾ ਸਕਦਾ ਉਹਨਾਂ ਨੇ ਗੁਰੂਆਂ ਦੇ ਆਸ਼ੇ ਦੇ ਮੁਤਾਬਕ ਬਹੁਤ ਖੂਬਸੂਰਤ ਜੀਵਨ ਬਤੀਤ ਕੀਤਾ ਪੜ੍ਹਾਈ ਕੀਤੀ ਔਰ ਗ੍ਰਹਿਸਥੀ ਜੀਵਨ ਦੇ ਵਿੱਚ ਦਾਖਲ ਹੋਏ ਗ੍ਰਹਿਸਥੀ ਜੀਵਨ 'ਚ ਰਹਿ ਕੇ ਆਪਣੇ ਬੇਟਿਆਂ ਦੀਆਂ ਸ਼ਾਦੀਆਂ ਕੀਤੀਆਂ ਚੰਗੇ ਪੜ੍ਹਾਏ ਬੇਟੀਆਂ ਦੀਆਂ ਸ਼ਾਦੀਆਂ ਕੀਤੀਆਂ ਪਰਵਰਿਸ਼ ਕੀਤੀ ਸਾਰੇ ਪਰਿਵਾਰ ਦੀ ਔਰ ਆਰਥਿਕ ਤੌਰ 'ਤੇ ਪਰਿਵਾਰ ਨੂੰ ਮਜ਼ਬੂਤ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਦੋਂ ਸਰਦਾਰ ਸੁਦਾਗਰ ਸਿੰਘ ਜੀ ਬਾਰੇ ਇੰਨੀਆਂ ਗੱਲਾਂ ਸੁਣ ਰਿਹਾ ਸੀ ਤੇ ਮੈਨੂੰ ਇੱਕ ਹੀ ਅਫਸੋਸ ਵਾਰ ਵਾਰ ਮੇਰੇ ਮਨ 'ਚ ਆ ਰਿਹਾ ਸੀ ਕਿ ਮੈਂ ਉਹਨਾਂ ਖੁਸ਼ ਨਸੀਬ ਨਹੀਂ ਸੀ ਕਿ ਮੈਂ ਉਹਨਾਂ ਨੂੰ ਖੁਦ ਮਿਲ ਸਕਦਾ ਮੇਰੇ ਉਹਨਾਂ ਨਾਲ ਆਪਣੀ ਮੁਲਾਕਾਤ ਨਹੀਂ ਹੋਈ ਬਹੁਤ ਆਪਣੇ ਆਪ ਨੂੰ ਅਭਾਗਾ ਮਹਿਸੂਸ ਕਰ ਰਿਹਾ ਕਿ ਇਹੋ ਜਿਹੀ ਸ਼ਖਸੀਅਤ ਜਿਹਦੇ 'ਚ ਗੁਣੀ ਗੁਣ ਸਨ ਔਗਣ ਦਾ ਨਾਮੋ ਨਿਸ਼ਾਨ ਨਹੀਂ ਸੀ ਔਰ ਇੰਨੀ ਸੰਗਤ ਇਹ ਸਾਰੀਆਂ ਪੋਲੀਟੀਕਲ ਪਾਰਟੀਆਂ ਇੰਨੇ ਵੱਡੇ ਵੱਡੇ ਲੀਡਰ ਇੱਕੋ ਹੀ ਗੱਲ ਕਹਿਣ ਕਿ ਉਹਦੇ ਵਰਗਾ ਸਿਧਾਂਤਵਾਦੀ ਇਨਸਾਨ ਕੋਈ ਦੂਸਰਾ ਨਹੀਂ ਸੀ ਮੈਂ ਸਮਝਦਾ ਇਤੋਂ ਵੱਡੀ ਸ਼ਰਧਾਂਜਲੀ ਆਮ ਇਨਸਾਨ ਨੂੰ ਹੋ ਨਹੀਂ ਸਕਦੀ ਹਜ਼ਾਰਾਂ ਲੋਕ ਆ ਸਕਦੇ ਆ ਲੇਕਿਨ ਅਗਰ ਕਿਸੇ ਆਦਮੀ ਦੇ ਜ਼ਿੰਦਗੀ ਦੇ ਸਿਧਾਂਤਾਂ 'ਤੇ ਲੋਕ ਫੁੱਲ ਚੜ੍ਹਾਉਣ ਅਤੇ ਸਭ ਤੋਂ ਵੱਡੀ ਸ਼ਰਧਾਂਜਲੀ ਉਹ ਹੁੰਦੀ ਹੈ ਮੈਂ ਵੀ ਉਸ ਵਿਛੜੀ ਆਤਮਾ ਨੂੰ ਉਹਨਾਂ ਨੇ ਜਿੰਦਰ ਜਿਸ ਤਰ੍ਹਾਂ ਦੀ ਜ਼ਿੰਦਗੀ ਜੀ ਆ ਉਸ ਤਰ੍ਹਾਂ ਦੇ ਜ਼ਿੰਦਗੀ ਦੇ ਸਿਧਾਂਤਾਂ 'ਤੇ ਚੱਲਣ ਦਾ ਸੋਚਾਂਗੇ ਜਿਹੜੀ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਬਹੁਤ ਹੀ ਦੁੱਖ ਦੀ ਘੜੀ ਅਫਸੋਸ ਦੀ ਘੜੀ ਸਾਡੇ ਸਾਰਿਆਂ ਦੇ ਪਿਆਰੇ ਸਰਦਾਰ ਸੁਦਾਗਰ ਸਿੰਘ ਜੀ ਗੁਰਾਂ ਦੀ ਅੰਤਿਮ ਅਰਦਾਸ 'ਚ ਜੁੜੇ ਹਾਂ ਮੈਂ ਸਮਝਦਾ ਕੋਈ ਗੱਲ ਰਹਿ ਨਹੀਂ ਗਈ ਜੋ ਮੇਰੇ ਤੋਂ ਪਹਿਲਾਂ ਬੋਲਦੇ ਹੋ ਲੀਡਰ ਸਾਹਿਬਾਨਾਂ ਨੇ ਵੱਖ ਵੱਖ ਪਾਰਟੀਆਂ ਤੋਂ ਸਮਾਜ ਸੇਵੀਆਂ ਨੇ ਉਹਨਾਂ ਦੇ ਪਰਿਵਾਰ ਬਾਰੇ
ਉਹਨਾਂ ਦੀ ਦੋਸਤੀ ਬਾਰੇ ਕਰਨਾ ਕੀਤੀ ਜਿੱਥੇ ਉਹ ਕਿਉਂਕਿ ਮੈਂ ਪਿਛਲੀ ਵਾਰ ਕਈ ਚਿਰ ਤੋਂ ਉਹਨਾਂ ਦੇ ਕੋਲ ਉਹਨਾਂ ਦਾ ਹਾਲ ਚਾਲ ਉਹਨਾਂ ਦੀ ਕਬਰ ਹੈ ਆਉਂਦਾ ਰਿਹਾ ਜਿੱਥੇ ਉਹਨਾਂ ਦੀ ਆਪਣੀ ਪਾਰਟੀ ਪ੍ਰਤੀ ਸੇਵਾ ਆਪਣੇ ਦੋਸਤਾਂ ਨਾਲ ਨਿਭਾਉਣ ਦੀ ਗੱਲ ਉੱਥੇ ਸਭ ਤੋਂ ਵੱਡੀ ਗੱਲ ਅੱਜ ਕਿਉਂਕਿ ਵੱਖ ਵੱਖ ਲੀਡਰ ਸਾਹਿਬਾਨਾਂ ਨੇ ਗੱਲ ਕੀਤੀ ਆ ਇਹ ਲੋਕ ਸਮਾਜ ਦੇ ਵਿੱਚ ਜਾਂ ਪਾਰਟੀਆਂ ਦੇ ਵਿੱਚ ਆਪਣੇ ਪਰਿਵਾਰ ਲਈ ਜਾਂ ਆਪਣੇ ਲਈ ਕੁਛ ਬਣਾਉਣ ਨਹੀਂ ਆ ਅੱਜ ਵੀ ਜੇ ਤੁਸੀਂ ਦੇਖੋ ਰਾਜਾ ਜੀ ਉਹਨਾਂ ਦਾ ਵਿਰਸਾ ਅੱਗੇ ਲੈ ਕੇ ਜਾ ਰਹੇ ਨੇ ਉਹਨਾਂ ਨੇ ਕੋਈ ਆਪਣੀ ਜਾਇਦਾਦਾਰੀ ਬਣਾਈ ਉਹਨਾਂ ਨੇ ਕੋਈ ਆਪਣੇ ਕਾਰੋਬਾਰ ਨਹੀਂ ਖੋਲ੍ਹੇ ਉਹਨਾਂ ਨੇ ਜੇ ਸਿਆਸਤ 'ਚ ਆਏ ਤਾਂ ਉਹਨਾਂ ਨੇ ਉਹਨੂੰ ਆਪਣਾ ਧਰਮ ਸਮਝਿਆ ਅਤੇ ਸੱਚੀ ਸੁੱਚੀ ਸੇਵਾ ਕਿਸ ਤਰ੍ਹਾਂ ਇੱਕ ਮਿਸਾਲ ਨੇ ਇਹ ਜੇ ਅੱਗੇ ਅੱਜ ਜੇ ਨਵੀਂ ਪੀੜ੍ਹੀ ਆ ਜੇ ਕਿਸੇ ਨੇ ਕਿਸੇ ਦਾ ਜੀਵਨ ਨਾਲ ਉਹਨੂੰ ਸਟੱਡੀ ਕਰਨਾ ਹੋਵੇ ਤਾਂ ਉਹ ਜ਼ਰੂਰ ਸਰਦਾਰ ਸੁਖਾਗਰ ਸਿੰਘ ਦਾ ਜੀਵਨ ਸਿਆਸੀ ਜੀਵਨ ਉਹਨੂੰ ਦੇਖਦੇ ਹੋਏ ਉਸ ਰਾਹ ਅਖਤਿਆਰ ਕਰ ਸਕਦਾ ਵੀ ਕਿਵੇਂ ਆਪਣੇ ਧਰਮ ਨਾਲ ਆਪਣੇ ਘਰੇ ਨਾਲ ਆਪਣੀ ਪਾਰਟੀ ਨਾਲ ਸਿਰਫ ਸੇਵਾ ਨੂੰ ਸੰਭਾਲੇ ਅਤੇ ਇਹ ਜੇ ਇਨਸਾਨਾਂ ਦਾ ਸਿਰ ਚੁੱਕੇ ਜਿੱਥੇ ਸਾਰਿਆਂ ਨੇ ਉਹਨਾਂ ਨੂੰ ਸ਼ਰਧਾ ਦੇ ਕੋਲ ਭੇਟ ਕੀਤੇ ਆ ਮੈਂ ਵੀ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਇਸ ਰੰਗਲੇ ਸਾਥੀ ਨੂੰ ਸਾਡੇ ਦੇ ਬਜ਼ੁਰਗ ਨੂੰ ਜਿੱਥੇ ਪਿੱਛੇ ਪਰਿਵਾਰ ਨੂੰ ਪਰਮਾਤਮਾ ਭਾਣਾ ਨੂੰ ਉਹਨਾਂ ਦਾ ਰਾਹ ਬਖਸ਼ੇ ਤਾਕਤ ਬਖਸ਼ੇ ਉਹਨਾਂ ਦੇ ਦਿਖਾਏ ਹੋਏ ਰਾਸਤੇ 'ਤੇ ਇਸੇ ਤਰੀਕੇ ਨਾਲ ਉਹ ਸੇਵਾ ਕਰਨ ਉਹਨਾਂ ਦਾ ਨਾਂ ਹੋਰ ਰੋਸ਼ਨ ਕਰਨ ਕਿਉਂਕਿ ਸਰਦਾਰ ਹਰਮਹਿੰਦਰ ਜੀ ਹੁਣ ਬੈਠੇ ਨੇ ਜਿਨ੍ਹਾਂ ਦੇ ਬਹੁਤ ਹੀ ਕਰੀਬੀ ਦੋਸਤਾਂ ਦੇ ਵਿੱਚੋਂ ਭਰਾਵਾਂ ਦੇ ਵਿੱਚੋਂ ਸਨ ਅਤੇ ਮੈਂ ਆਪਣੇ ਵੱਲੋਂ ਜਿਵੇਂ ਮੈਂ ਕਿਹਾ ਆਪਣੀ ਸ਼ਰਧਾ ਦੇ ਵੱਲੋਂ ਭੇਟ ਕਰਦੀ ਹਾਂ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਦੁੱਖ ਦੀ ਘੜੀ ਦੇ ਵਿੱਚ ਸਰਪੰਚ ਸਾਹਿਬ ਸਾਧ ਸੁਖਾਗਰ ਸਿੰਘ ਜੀ ਦੀ ਅੰਤਮ ਅਰਦਾਸ ਦੇ ਵਿੱਚ ਇਕੱਤਰ ਹੋਏ ਹਾਂ ਗਰਮੀ ਦਾ ਮੌਸਮ ਸੰਗਤ ਅਤੇ ਗੁਰੂ ਮਹਾਰਾਜ ਇਸ ਗੱਲ ਦੀ ਆਗਿਆ ਨਹੀਂ ਦਿੰਦੇ ਕਿ ਜ਼ਿਆਦਾ ਸਮਾਂ ਇੱਥੇ ਤੁਹਾਨੂੰ ਬਿਠਾਇਆ ਜਾਵੇ ਮੈਂ ਬੈਠਾ ਯਾਦ ਕਰ ਰਿਹਾ ਸੀ ਕਿ ਇਸ ਰੰਗਲੇ ਸੱਜਣ ਦੇ ਸਭ ਤੋਂ ਪਹਿਲੀ ਵਾਰ ਮੈਨੂੰ ਦਰਸ਼ਨ ਕਦੋਂ ਹੋਏ ਮਰਹੂਮ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਜੀ ਨੇ ਜਦੋਂ ਰਾਏਕੋਟ ਦੀ ਪਾਵਨ ਧਰਤੀ ਨੂੰ ਉਸ ਦੀ ਇਤਿਹਾਸਕ ਮਹੱਤਤਾ ਨੂੰ ਜਾਣ ਕੇ ਜਿੱਥੇ ਸਾਹਿਬੇ ਕਮਾਲ ਦਸਮ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਤੀਰ ਦੀ ਨੋਕ ਦੇ ਨਾਲ ਕਾਹੀ ਦੀ ਜੜ ਪੜਦੇ ਗੱਲ ਕਹੀ ਸੀ ਕਿ ਜਾਲਮ ਮੁਗਲ ਰਾਜ ਦੀ ਅੱਜ ਜੜ ਪੜ ਦਿੱਤੀ ਆ ਉਹਨਾਂ ਨੇ ਰਾਏਕੋਟ ਨੂੰ ਸਬ ਡਿਵੀਜ਼ਨ ਦਾ ਦਰਜਾ ਦਿੱਤਾ ਸੀ ਬੈਠੇ ਨੇ ਮੇਰੇ ਬੜੇ ਹੀ ਸਤਿਕਾਰਯੋਗ ਸਾਹਿਬ ਹਰਮਹਿੰਦਰ ਸਿੰਘ ਜੀ ਪ੍ਰਧਾਨ ਸਾਹਿਬ ਇਹਨਾਂ ਦੇ ਗ੍ਰਹਿ ਵਿਖੇ ਮੈਨੂੰ ਪਹਿਲੀ ਵਾਰ ਉਸ ਦਿਨ ਸਾਧ ਸੁਖਾਗਰ ਸਿੰਘ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਸੀ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਗੋਦ ਦੇ ਵਿੱਚ ਵਿਰਾਜਮਾਨ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਮਾਮਾ ਸੁਖਾਗਰ ਸਿੰਘ ਜੀ ਹੋਣਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਪਹੁੰਚੀ ਹੋਈ ਨਗਰ ਇਲਾਕੇ ਔਰ ਪੰਜਾਬ ਭਰ ਦੀ ਸੰਗਤ
ਸਾਰੀਆਂ ਰਾਜਸੀ ਪਾਰਟੀਆਂ ਦੇ ਬਹੁਤ ਹੀ ਸਤਿਕਾਰਯੋਗ ਸਾਰੇ ਆਗੂ ਸਹਿਬਾਨ ਸਾਰਿਆਂ ਨੂੰ ਹੱਥ ਬੰਨ ਕੇ ਫਤਿਹ ਅਰਜ਼ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਦਿਲ ਦੀਆਂ ਡੁੰਘਾਈਆਂ ਦੇ ਵਿੱਚੋਂ ਆਪਣੇ ਵੱਲੋਂ ਔਰ ਸਰਦਾਰ ਗੁਰਚਰਨ ਸਿੰਘ ਸਰਪੰਚ ਲੱਖਾ ਸਰਦਾਰ ਬਰਵਿੰਦਰ ਸਿੰਘ ਸਰਪੰਚ ਮਾਛੀ ਗਏ ਕਿਉਂਕਿ ਤਿੰਨੇ ਭਾਣਜੇ ਹਾਂ ਅਸੀਂ ਔਰ ਸਾਰੇ ਰਿਸ਼ਤੇਦਾਰ ਸਾਹਿਬਾਨ ਸਾਰਿਆਂ ਵੱਲੋਂ ਜਿੰਨੀ ਵੀ ਸੰਗਤ ਤੁਸੀਂ ਚੱਲ ਕੇ ਇੱਥੇ ਆਏ ਹੋ ਸਾਡੇ ਮਾਮਾ ਜੀ ਹੋਣਾ ਦੇ ਨਾਲ ਤੁਹਾਡੀ ਦੁੱਖ ਸੁੱਖ ਦੀ ਸਾਂਝ ਦੇ ਕਰਕੇ ਰਾਜਨੀਤਿਕ ਪਿੰਡ ਦੇ ਵਿੱਚ ਜਿਵੇਂ ਵੀ ਉਹ ਵਿਚਰੇ ਪਾਰਟੀ ਚ ਉਹਦੇ ਸਦਕੇ ਸਮਾਜ ਦੇ ਲੋਕਾਂ ਦੇ ਲਈ ਉਹਨਾਂ ਦੀ ਦੇਣ ਦੇ ਕਰਕੇ ਤਾਂ ਮੈਂ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਜਿੰਨੇ ਕਦਮ ਤੁਸੀਂ ਚੱਲ ਕੇ ਆਏ ਹੋ ਅਸੀਂ ਤੁਹਾਡੇ ਪੈਰਾਂ ਥੱਲੇ ਹੱਥ ਰੱਖ ਕੇ ਤੁਹਾਡਾ ਧੰਨਵਾਦ ਕਰਦੇ ਹਾਂ ਮੈਂ ਸਿਰਫ ਦੋ ਲਫ਼ਜ਼ ਕਹਿਣੇ ਹੈ ਔਰ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਜਿਹੜੇ ਲਫ਼ਜ਼ ਮੈਂ ਕਹਾਂ ਤਾਂ ਬਹੁਤ ਮਹਾਨ ਆਗੂ ਸਾਡੇ ਆਖਰੀ ਬੁਲਾਰੇ ਬੋਲ ਕੇ ਗਏ ਨੇ ਸਰਦਾਰ ਜਗਮੀਤ ਸਿੰਘ ਜੀ ਬਰਾੜ ਸਾਹਿਬ ਸਰਦਾਰ ਦਰਸ਼ਨ ਸਿੰਘ ਜੀ ਬਰਾੜ ਬੈਠੇ ਨੇ ਸਾਬਕਾ ਮੰਤਰੀ ਔਰ MLA ਇੱਥੇ ਰਹੇ ਜਗਰਾਓ ਦੀ ਉਹਨਾਂ ਨੇ ਨੁਮਾਇੰਦਗੀ ਕੀਤੀ ਹੈ ਤਾਂ ਨਾਨਕਾ ਪਰਿਵਾਰ ਹੋਣ ਕਰਕੇ ਦੋ ਮਹਾਨ ਸਖੀਤਾਂ ਵੀ ਇਸ ਗੱਲ ਦੀਆਂ ਜੋ ਮੈਂ ਕਹੂੰ ਕੋਈ ਲਫ਼ਜ਼ ਗਲਤ ਹੋਵੇ ਤਾਂ ਗੁਰੂ ਦੀ ਹਾਜ਼ਰੀ ਹੈ ਔਰ ਉਹ ਦੋਨੇ ਬਿਰਾਜਮਾਨ ਨੇ ਮਾਮਾ ਜੀ ਹੋਣਾਂ ਦਾ ਬਹੁਤ ਲੰਮਾ ਰਾਜਨੀਤਿਕ ਜੀਵਨ ਬਹੁਤ ਵੱਡੇ ਵੱਡੇ ਕਾਦੇ ਆਗੂ ਸ਼੍ਰੋਮਣੀ ਅਕਾਲੀ ਦਲ ਚੋਂ ਕਾਂਗਰਸ ਪਾਰਟੀ ਚੋਂ ਔਰ ਕਮਿਊਨਿਸਟ ਪਾਰਟੀ ਚੋਂ ਬੋਲ ਕੇ ਗਏ ਨੇ ਲੇਕਿਨ ਮੁੱਢ ਜੀ ਜਿਹੜਾ ਵਿਸ਼ਾ ਉਹਨਾਂ ਦੀ ਜਿਹੜੀ ਸ਼ਖਸੀਅਤ ਸੀ ਉਹ ਸਿਆਸੀ ਜਿਹੜਾ ਆਪਣਾ ਸਿਆਸੀ ਬੰਦਿਆਂ ਦਾ ਐਸੇ ਸਮਾਗਮ ਹੁੰਦੇ ਅਕਸਰ ਰਾਜਨੀਤਿਕ ਰੰਗ ਲੈ ਜਾਂਦੇ ਆ ਜਿਹੜਾ ਅਸੀਂ ਚਾਹੁੰਦੇ ਨਹੀਂ ਸੀ